ਨਾਲ ਹੋਇਓ ਲੋਕਾਂ 'ਚ ਵਰਕਰਾਂ 'ਚ ਬੜਾ ਜੋਸ਼ ਹੈ ਕਿਹੜੀ ਪਾਰਟੀ ਦੇ ਵਰਕਰ ਤਕੜੇ ਹੋਣਾ ਮਗਰ ਪਾਰਟੀ ਨੂੰ ਪੂਰੇ ਨਾਲ ਸਿੱਧਾ ਸੋ ਕੌਨਫੀਡੈਂਸ ਸਾਡੀ ਨਾਂ ਰੱਖਿਆ ਮਾਰੋ ਸਪੀਡੀ ਪੋਲਿੰਗ ਵਾਲੇ ਦਿਨ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦਾ ਕਾਂਗਰਸ ਇਲੈਕਸ਼ਨ ਕਾਂਗਰਸ ਇਲੈਕਸ਼ਨ ਅਫਸਰਾਂ ਦੇ ਸਿਰ ਤੇ ਲਾਈ ਹੈ ਜਿੰਨੇ ਬੀ ਡੀ ਓ ਹੈ ਡੀ ਡੀ ਪੀ ਓ ਸਾਰਿਆਂ ਨੂੰ ਇਹ ਲਾਈ ਹੈ ਕਿ ਹਰ ਸਰਪੰਚ ਨੂੰ ਫੋਨ ਕਰਦੇ ਹਾਂ ਪਿੰਡ ਦੇ ਵਿੱਚ ਵੋਟ ਘੱਟ ਗਈ ਤੇਰੇ ਬੀ ਡੀ ਅਸੀਂ ਤੇਰੀ ਇਨਕੁਆਰੀ ਕਰਾਂਗੇ ਸੋ ਇਸ ਕਰਕੇ ਐਸ ਐਚ ਓ ਨੂੰ ਵੀ ਲਾਈ ਹੈ ਕਿ ਜੇ ਤੁਹਾਡੀ ਥਾਣੀ 'ਚ ਵੋਟ ਘੱਟ ਗਈ ਤੁਹਾਡੇ ਜਿੰਨੇ ਬੀ ਡੀ ਓ ਤੁਹਾਨੂੰ ਬੰਦ ਮਾਰੋ ਸੋ ਹੁਣ ਪੁਲਿਸ ਦੇ ਅਫਸਰ ਲੱਗੇ ਹੈ ਆ ਇਲੈਕਸ਼ਨ ਵਾਲੇ ਅਸੀਂ ਇਲੈਕਸ਼ਨ ਕਮਿਸ਼ਨ ਵੀ ਵਾਰ ਵਾਰ ਇਲੈਕਸ਼ਨ ਕਾਂਗਰਸ ਨੂੰ ਲੱਗ ਰਹੀ ਪੰਜਾਬ ਪੁਲਿਸ ਦੇ ਆਪਣੇ ਅਫਸਰ ਤੁਸੀਂ ਅਪੀਲ ਕਰਦੇ ਹੋ ਮੈਂ ਅਫਸਰ ਵੱਡਾ ਨਾ ਚਾਹੁੰਦਾ ਕਿ ਤੁਹਾਡੇ ਸਾਰਿਆਂ ਦੇ ਨਾਂ ਇੱਕ ਬਹੁਤ ਵੱਡਾ ਗੁਨਾਹ ਹੈ ਕੋਈ ਅਫਸਰ ਕਿ ਸਿਆਸਤ ਦਖਲ ਦੇ ਕਈਆਂ ਦੀ ਆਵਾਜ਼ ਅਸੀਂ ਟੈਪ ਵੀ ਹੋ ਗਏ ਸਾਡੇ ਕੋਲ ਰਿਕਾਰਡ ਵੀ ਆ ਗਿਆ ਅਤੇ ਉਹਨਾਂ ਦੀ ਨੌਕਰੀ ਜਾ ਸਕਦੀ ਠੀਕ ਹੈ ਬੜਾ ਲੋਕਾਂ ਦਾ ਪਿਆਰ ਹੈ ਵਰਕਰ ਸਾਡੇ ਜੋਸ਼ 'ਚ ਜਿਹੜੀ ਪਾਰਟੀ ਦੇ ਵਰਕਰ ਤਕੜੇ ਉਹਨਾਂ ਦਾ ਮੁਕਾਬਲਾ ਕੋਈ ਸਰ ਮੇਰੇ ਖਿਆਲ ਹੈ ਮੇਰੇ ਪੁੱਛਣ ਦੇ ਪਹਿਲੇ ਤੁਸੀਂ ਸਭ ਕੁਝ ਦੇਖ ਲਿਆ ਔਰ ਤੁਸੀਂ ਲੋਕਾਂ ਦਾ ਮੂਡ ਦੇਖ ਲਿਆ ਲੋਕਾਂ ਕਿਤੇ ਇੰਜੋਏ ਕਰ ਰਹੇ ਨੇ ਸਾਡੀ ਰੈਲੀ ਔਰ ਮੈਨੂੰ ਨਹੀਂ ਲੱਗ ਰਿਹਾ ਹੁਣ ਕੋਈ ਸ਼ੱਕ ਬਾਕੀ ਹੈ ਹੁਣ ਮਾਰਜਨ ਹੈ ਕਿ ਕਿੰਨਾ ਵੱਡਾ ਆਪਾਂ ਖੇਡ ਸਕਦੇ ਹਾਂ ਸੀਟ ਆਪਾਂ ਜਿੱਤ ਲਈ ਹੈ ਉਹ ਪਹਿਲੇ ਹੀ ਮੈਂ ਕਹਿੰਦਾ ਸੀਗਾ ਕਾਂਗਰਸ ਦਾ ਕੋਈ ਜਗ੍ਹਾ ਨਹੀਂ ਹੈ ਸਾਡੇ ਕਾਂਗਰਸ ਦਾ ਕੈਂਡੀਡੇਟ ਬਾਹਰ ਦਾ ਹੈ ਕਿਸੇ ਨੂੰ ਲੋਕਲ ਚਾਹੀਦਾ ਨਹੀਂ ਇੱਥੇ ਕੰਮ ਚਾਹੀਦਾ ਜਿਹੜਾ ਬੰਦਾ ਕੰਮ ਕਰੇ ਮੋਦੀ ਜੀ ਦੀ ਪਾਰਟੀ ਦਾ ਬੰਦਾ ਹੋਏ ਤਾਂ ਕਿ ਸਾਡੇ ਹਲਕੇ ਦਾ ਵਿਕਾਸ ਹੋਏ ਸਰ ਅੱਜ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਬਟਾਲਾ ਦੇ ਅਸ਼ਵਨੀ ਸ਼ੇਖੀ ਉਹਨਾਂ ਦਾ ਭਾਈ ਅੱਜ ਸ਼ਾਮਿਲ ਹੋ ਚੁੱਕਾ ਅਕਾਲੀ ਦਲ ਦੇ ਵਿੱਚ ਅਤੇ ਦੂਸਰੀ ਤਰਫ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ ਕੈਪਟਨ ਵੱਲੋਂ ਕਿੰਨਾ ਕੁ ਅਸਰ ਦਿਖਾਈ ਦੇਗਾ ਦੋਨਾਂ ਦਾ ਮੈਨੂੰ ਪਤਾ ਨਹੀਂ 100-150 ਬੰਦਾ ਹੈਗਾ 15-20 ਮੋਟਰਸਾਈਕਲ ਹੈਗੇ ਤੇ ਮੈਨੂੰ ਦੱਸੋ ਇੱਦਾਂ ਦਾ ਰੋਡ ਸ਼ੋਅ ਹੋਏਗਾ ਤੇ ਫਲੋਪ ਬਸ ਗੈਰ ਹੁਣ ਤੁਸੀਂ ਇੱਦਾਂ ਕਰੋ ਮੈਂ ਸਾਰੇ ਮੇਰੇ ਵੋਟਰ ਮੇਰੇ ਭਰਾ ਗੁਰਦਾਸਪੁਰ ਦੇ ਮੈਂ ਸਾਂਝਾ ਉਮੀਦਵਾਰ ਹਾਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਆਪਣੇ ਵੋਟਰਾਂ ਨੂੰ ਬੇਨਤੀ ਕਰਾਂਗਾ 11 ਤਰੀਕ ਨੂੰ ਬਾਹਰ ਨਿਕਲੋ ਵੋਟ ਪਾਓ ਔਰ ਕਾਂਗਰਸ ਨੂੰ ਇੱਕ ਇੱਦਾਂ ਦਾ ਜਵਾਬ ਦਿਓ ਜਿਹੜਾ ਤੁਹਾਡੇ ਨਾਲ ਉਹਨਾਂ ਨੇ ਵਿਸ਼ਵਾਸਘਾਤ ਕੀਤਾ ਤਾਂ ਕਿ ਉਹ ਦੁਬਾਰਾ ਇੱਦਾਂ ਦੀ ਗਲਤੀ ਨਾ ਕਰਨ ਵੱਡੀ ਲੀਡ ਨਾਲ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਵਰਨ ਸਲਾਰੇ ਨੂੰ ਜਿਤਾਓ ਤਾਂ ਕਿ ਮੋਦੀ ਸਾਹਿਬ ਕੋਲ ਜਾ ਕੇ ਆਪਾਂ ਇੱਥੋਂ ਦੇ ਹਲਕੇ ਵਾਸਤੇ ਜੋ ਵੀ ਨਵੇਂ ਪ੍ਰੋਜੈਕਟ ਲੈ ਕੇ ਆਈਏ ਤੇ ਹਲਕੇ ਨੂੰ ਅੱਗੇ ਲੈ ਕੇ ਜਾਈਏ।